ਡিয়ার ਸਟੂਡੈਂਟ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਨਵੀਂ ਸਕੀਮ ਲੈ ਕੇ ਆ ਚੁੱਕੇ ਹਾਂ ਜਿਸ ਦੇ ਅੰਡਰ ਦੋਸਤੋ ਹੁਣ ਤੁਸੀਂ ਆਪਣਾ ਸਕਾਲਰਸ਼ਿਪ ਅਪਲਾਈ ਕਰੋਗੇ ਜਿਸ ਦਾ ਨਾਮ ਹੈ ਲੇਬਰ ਕਾਰਡ ਜੀ ਹਾਂ ਦੋਸਤੋ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਜੇਕਰ ਦੋਸਤੋ ਤੁਸੀਂ ਵੀ ਲੇਬਰ ਕਾਰਡ ਤੇ ਅਜੇ ਤੱਕ ਆਪਣਾ ਲਾਭ ਨਹੀਂ ਲਿਆ ਤੁਸੀਂ ਹੁਣ ਇਸ ਦਾ ਲਾਭ ਲੈ ਸਕਦੇ ਹੋ ਘਰ ਬੈਠੇ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਵੇਂ ਲੇਬਰ ਕਾਰਡ ਤੇ ਆਪਣਾ ਸਕਾਲਰਸ਼ਿਪ ਅਪਲਾਈ ਕਰੋਗੇ ਦੋਸਤੋ ਇਹ ਸਕਾਲਰਸ਼ਿਪ ਤੁਹਾਡੀਆਂ ਸਾਰੀਆਂ ਕਲਾਸਾਂ ਦਾ ਅਪਲਾਈ ਹੋ ਜਾਏਗਾ ਚਾਹੇ ਤੁਹਾਡੇ ਛੋਟੇ ਬੱਚੇ ਹਨ ਜਾਂ ਫਿਰ ਤੁਹਾਡੇ ਛੋਟੇ ਬੈਨਪਰਾ ਹਨ ਤੁਸੀਂ ਕਿਸੇ ਵੀ ਕੈਟਾਗਰੀ ਦੇ ਨਾਲ ਬਿਲੋਂਗ ਰੱਖਦੇ ਹੋ ਐਸਸੀਐਸਟੀ, ਓਬੀਸੀ, ਜਰਨਲ ਜੇਕਰ ਤੁਹਾਡੇ ਕੋਲ ਲੇਬਰ ਕਾਰਡ ਬਣਿਆ ਹੋਇਆ ਹੈ ਤਾਂ ਤੁਸੀਂ ਇਸ ਦੇ ਸਕਾਲਰਸ਼ਿਪ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਵੱਡੀਆਂ ਕਲਾਸਾਂ ਦਾ 70 ਤੋਂ 80 ਹਜ਼ਾਰ ਤੱਕ ਸਕਾਲਰਸ਼ਿਪ ਮਿਲਦਾ ਹੈ ਜਿੱਦਾਂ ਤੁਸੀਂ ਬੀਏ ਦੇ ਵਿੱਚ ਪੜ ਰਹੇ ਹੋ ਤਾਂ ਤੁਹਾਨੂੰ 30 ਤੋਂ 40 ਹਜ਼ਾਰ ਤੱਕ ਸਕਾਲਰਸ਼ਿਪ ਇਸ ਦਾ ਮਿਲ ਜਾਏਗਾ ਜੇਕਰ ਤੁਸੀਂ ਅਲਾਉਂਸ ਲਓਗੇ ਹੌਸਟਲ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਉਹ ਵੀ ਅਲੱਗ ਤੋਂ ਸਕਾਲਰਸ਼ਿਪ ਮਿਲਿਆ ਕਰੇਗਾ ਉਹ ਵੀ ਤੁਹਾਡਾ ਪੈਸਾ ਐਡ ਹੋਇਆ ਕਰੇਗਾ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਨਵੀਂ ਨਵੀਂ ਇਨਫਰਮੇਸ਼ਨ ਲੈਣਾ ਚਾਹੁੰਦੇ ਹੋ ਚੈਨਲ ਨੂੰ ਹੁਣੇ ਦੇ ਨਾਲ ਸਬਸਕ੍ਰਾਈਬ ਕਰ ਲੋ ਨਾਲ ਦੋਸਤੋ ਜੇ ਹੋ ਸਕੇ ਤਾਂ ਇਸ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦੇਣਾ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਬਹੁਤ ਜਣੇ ਸਾਥੀ ਮੈਨੂੰ ਕਮੈਂਟ ਕਰ ਰਹੇ ਸੀ ਕਿ ਸਰ ਤੁਹਾਡੀਆਂ ਵੀਡੀਓ ਸਾਡੇ ਤੱਕ ਨਹੀਂ ਪਹੁੰਚਦੀਆਂ ਕਿਉਂ ਨਹੀਂ ਪਹੁੰਚਦੀਆਂ ਕਿਉਂਕਿ ਤੁਸੀਂ ਅਜੇ ਤੱਕ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੀ ਦੋਸਤੋ ਤੁਹਾਡੇ ਤੱਕ ਵੀਡੀਓ ਪਹੁੰਚਣਗੀਆਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਦੋਸਤੋ ਅੱਗੇ ਤੁਸੀਂ ਵੀਡੀਓ ਵਾਚ ਕਰੋ ਜਿਸ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਕਿਵੇਂ ਸਕਾਲਰਸ਼ਿਪ ਅਪਲਾਈ ਕਰਨਾ ਹੈ ਜੇਕਰ ਦੋਸਤੋ ਤੁਹਾਨੂੰ ਸਕਾਲਰਸ਼ਿਪ ਅਪਲਾਈ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਦੋਸਤੋ ਇਹ ਸਕਾਲਰਸ਼ਿਪ ਦੋ ਤਰੀਕਿਆਂ ਨਾਲ ਫਿਲ ਹੋ ਸਕਦਾ ਹੈ ਇੱਕ ਤਾਂ ਆਨਲਾਈਨ ਇੱਕ ਤੇ ਆਫਲਾਈਨ ਔਨਲਾਈਨ ਦੋਸਤੋ ਕਈ ਡਿਸਟ੍ਰਿਕਟ ਦੇ ਵਿੱਚ ਸੁਵਿਧਾ ਅਜੇ ਤੱਕ ਜਿਹੜੀ ਕਿ ਚਾਲੂ ਨਹੀਂ ਹੋਈ ਹੈ ਜਿਸ ਦੇ ਕਾਰਨ ਆਪਾਂ ਆਫਲਾਈਨ ਹੀ ਤਰੀਕਾ ਤੁਹਾਨੂੰ ਸਿਖਾ ਰਹੇ ਹਾਂ ਜੇਕਰ ਤੁਸੀਂ ਔਨਲਾਈਨ ਫਿਲ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਅਲੱਗ ਤੋਂ ਵੀਡੀਓ ਪ੍ਰੋਵਾਈਡ ਕਰਾਈ ਹੋਈ ਹੈ ਉਹ ਤੁਸੀਂ ਵੀਡੀਓ ਵਾਚ ਕਰਕੇ ਆਪਣਾ ਔਨਲਾਈਨ ਵੀ ਸਕਾਲਰਸ਼ਿਪ ਅਪਲਾਈ ਕਰ ਲਓਗੇ ਮੇਨ ਗੱਲ ਹੈ ਦੋਸਤੋ ਜਿਹੜਾ ਤੁਹਾਡਾ 27 ਨੰਬਰ ਫਾਰਮ ਚੇਂਜ ਹੋ ਚੁੱਕਿਆ ਹੈ ਉਸ ਦੇ ਕਾਰਨ ਤੁਹਾਡਾ ਸਕਾਲਰਸ਼ਿਪ ਰੁਕਦਾ ਆ ਰਿਹਾ ਹੈ ਲੇਕਿਨ ਦੋਸਤੋ ਹੁਣ ਤੁਹਾਡਾ ਸਕਾਲਰਸ਼ਿਪ ਰੁਕੇਗਾ ਨਹੀਂ ਤੁਸੀਂ ਅੱਗੇ ਵੀਡੀਓ ਵਾਚ ਕਰੋ ਜਿਸ ਵਿੱਚ ਮੈਂ ਤੁਹਾਨੂੰ ਦੱਸ ਹਾਂ ਦੋਸਤੋ ਤੁਹਾਨੂੰ ਪਹਿਲਾਂ ਇਹ ਫਾਰਮ ਫਿਲਪ ਕਰਨਾ ਪਵੇਗਾ ਜਿਹੜਾ ਤੁਸੀਂ ਇਹ ਫਾਰਮ ਦੇਖ ਰਹੇ ਹੋ ਇਹ ਤੁਹਾਨੂੰ ਸਾਰਾ ਫਾਰਮ ਫਿਲ ਕਰਕੇ ਜੇਕਰ ਤੁਸੀਂ ਆਨਲਾਈਨ ਇਸ ਨੂੰ ਸਬਮਿਟ ਕਰਨਾ ਹੈ ਤਾਂ ਆਪਣੇ ਮੋਬਾਈਲ ਫੋਨ ਤੇ ਸਬਮਿਟ ਕਰ ਲੋਗੇ ਲੇਕਿਨ ਤੁਹਾਨੂੰ ਮੈਂ ਸਲਾਹ ਦਵਾਂਗਾ ਕਿ ਤੁਸੀਂ ਆਪਣੇ ਨਜ਼ਦੀਕ ਦੇ ਸਹੂਤਾ ਸੈਂਟਰ ਹੀ ਇਸ ਨੂੰ ਜਮ੍ਹਾਂ ਕਰਾਓ ਤਾਂ ਦੋਸਤੋ ਇਸ ਫਾਰਮ ਨੂੰ ਤੁਸੀਂ ਲੈਣ ਦੇ ਲਈ ਕੀ ਕਰੋਗੇ ਇਹ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲੇਗਾ ਤੁਸੀਂ ਦੋਸਤੋ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਲੋਗੇ ਟੈਲੀਗ੍ਰam ਗਰੁੱਪ ਦਾ ਲਿੰਕ ਤੁਹਾਨੂੰ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਇਸ ਦੇ ਨੀਚੇ ਤੁਹਾਨੂੰ ਲਿੰਕ ਮਿਲ ਜਾਏਗਾ ਉੱਥੇ ਜਦੋਂ ਦੋਸਤੋ ਤੁਸੀਂ ਆ ਜਾਓਗੇ ਤਾਂ ਤੁਹਾਨੂੰ ਇਹ ਪੀਡੀਐਫ ਮਿਲ ਜਾਏਗਾ ਹੁਣ ਦੋਸਤੋ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਪਹਿਲਾਂ ਤੁਸੀਂ ਇੱਥੇ ਆਪਣਾ ਬਲਾਕ ਯਾਨੀ ਕਿ ਤਹਿਸੀਲ ਦਾ ਨਾਮ ਇੱਥੇ ਲਿਖ ਲੋਗੇ ਡੇਟ ਲਿਖਣ ਦੀ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਦੋਸਤੋ ਥੱਲੇ ਤੁਸੀਂ ਚਲੇ ਜਾਓਗੇ ਇੱਥੇ ਆ ਰਿਹਾ ਹੈ ਅਰਜੀ ਦਾ ਫਾਰਮ ਇੱਥੇ ਤੁਸੀਂ ਸੇਵਾ ਕੇਂਦਰ ਹੀ टिक ਕਰ ਲਿਆ ਜੀ ਉਸ ਤੋਂ ਬਾਅਦ ਆ ਰਿਹਾ ਹੈ ਅਰਜੀ ਦੀ ਕਾਰਵਾਈ ਦਫਤਰ ਤੁਹਾਡਾ ਦਫਤਰ ਕਿਹੜਾ ਹੈ ਉਹ ਤੁਸੀਂ ਇੱਥੇ ਡਿਸਟ੍ਰਿਕਟ ਦਾ ਹੀ ਨਾਮ ਲਿਖ ਲੋਗੇ ਉਸ ਤੋਂ ਬਾਅਦ ਆ ਰਿਹਾ ਹੈ ਰਜਿਸਟ੍ਰੇਸ਼ਨ ਨੰਬਰ ਇਹ ਤੁਹਾਡੀ ਜਿਹੜੀ ਕਾਪੀ ਹੈ ਉਸ ਦੇ ਉੱਪਰ ਲਿਖਿਆ ਹੋਵੇਗਾ ਪੀਬੀ ਦੀ ਤਰਫ ਤੇ ਪੀਬੀ ਲਿਖਿਆ ਹੋਵੇਗਾ ਉਸ ਤੋਂ ਬਾਅਦ ਤੁਹਾਡਾ ਨੰਬਰ ਸ਼ੁਰੂ ਹੋ ਜਾਵੇਗਾ ਉਸ ਤੋਂ ਬਾਅਦ ਆ ਰਿਹਾ ਹੈ ਨੇਮ ਆਫ ਬੈਨੀਫਿਸ਼ੀਰੀ ਨੇਮ ਆਫ ਬੈਨੀਫਿਸ਼ੀਰੀ ਦੇ ਵਿੱਚ ਡਾਟਾ ਆਏਗਾ ਜਿਹੜਾ ਦਾ ਤੁਸੀਂ ਇੱਥੇ ਫਿਲ ਕਰ ਰਹੇ ਹੋ ਜਿੱਦਾਂ ਕਿ ਫਾਦਰ ਦਾ ਇੱਥੇ ਨਾਮ ਆ ਜਾਏਗਾ ਜਿਹੜੇ ਫਾਦਰ ਦੇ ਨਾਮ ਤੇ ਬਣੀ ਹੋਈ ਹੈ ਕਾਪੀ ਉਸ ਦਾ ਨਾਮ ਜੇ ਮਾਤਾ ਦੇ ਨਾਮ ਤੇ ਕਾਪੀ ਬਣੀ ਹੈ ਲੇਬਰ ਕਾਰਡ ਤਾਂ ਉਸ ਦਾ ਨਾਮ ਉਸ ਤੋਂ ਬਾਅਦ ਆ ਰਿਹਾ ਹੈ ਫਾਦਰ ਹਸਬੰਡ ਨੇਮ ਇੱਥੇ ਜੇਕਰ ਤੁਸੀਂ ਲੇਡਿਸ ਦਾ ਨਾਮ ਉੱਪਰ ਲਿਖਿਆ ਹੈ ਤਾਂ ਹਸਬੰਡ ਦਾ ਨਾਮ ਥੱਲੇ ਆ ਜਾਏਗਾ ਜੇਕਰ ਉੱਪਰ ਤੁਸੀਂ ਪੁਰਸ਼ ਦਾ ਨਾਮ ਲਿਖ ਕੇ ਆਏ ਹੋ ਪੁਰਸ਼ ਦੇ ਨਾਮ ਤੇ ਕਾਪੀ ਹੈ ਤਾਂ ਥੱਲੇ ਉਸ ਦੇ ਫਾਦਰ ਦਾ ਨਾਮ ਆ ਜਾਏਗਾ ਉਸ ਤੋਂ ਬਾਅਦ ਡੇਟ ਰਜਿਸਟ੍ਰੇਸ਼ਨ ਇਹ ਵੀ ਤੁਹਾਡੀ ਕਾਪੀ ਦੇ ਉੱਪਰ ਲਿਖੀ ਹੁੰਦੀ ਹੈ ਇਹ ਲਿਖ ਲਓਗੇ ਉਸ ਤੋਂ ਬਾਅਦ ਐਡਰੈਸ ਤੁਹਾਡਾ ਜੋ ਵੀ ਰਹੇਗਾ ਪਰਮਨੈਂਟ ਉਹ ਤੁਸੀਂ ਲਿਖ ਲੋਗੇ ਉਸ ਤੋਂ ਬਾਅਦ ਹੱਲੇ ਤੁਸੀਂ ਦੇਖ ਰਹੇ ਹੋ ਟਾਈਪ ਆਫ ਵਰਕ ਟਾਈਪ ਆਫ ਵਰਕ ਦੇ ਵਿੱਚ ਤੁਸੀਂ ਇੱਥੇ ਲੇਬਰ ਲਿਖ ਦੋਗੇ ਕਿਉਂਕਿ ਆਪਾਂ ਲੇਬਰ ਕਾਰਡ ਤੇ ਅਪਲਾਈ ਕਰ ਰਹੇ ਹਾਂ ਤਾਂ ਆਫੀਸਰ ਲੇਬਰ ਆਜੀ ਦਾ ਉਸ ਤੋਂ ਬਾਅਦ ਆ ਰਿਹਾ ਹੈ ਕੰਟਰੀਬਿਊਸ਼ਨ ਪੇਡ ਅਪ ਯਾਨੀ ਕਿ ਤੁਹਾਡੀ ਡੇਟ ਇੱਥੇ ਕਦੋਂ ਐਕਸਪਾਇਰ ਹੋਵੇਗੀ ਕਾਪੀ ਦੀ ਉਹ ਤੁਸੀਂ ਇੱਥੇ ਲਿਖ ਲੋਗੇ ਉਹ ਵੀ ਤੁਹਾਨੂੰ ਉੱਪਰ ਲਿਖੀ ਹੋਵੇਗੀ ਰਜਿਸਟ੍ਰੇਸ਼ਨ ਉੱਪਰ ਜਿਹੜੀ ਐਕਸਪਾਇਰ ਹੋਵੇਗੀ ਉਹ ਇੱਥੇ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਸਟੂਡੈਂਟ ਨੇਮ ਸਟੂਡੈਂਟ ਤੁਹਾਡਾ ਜੋ ਵੀ ਹੈ ਫਰਸਟ ਕਲਾਸ ਤੋਂ ਲੈ ਕੇ ਜਿੰਨੀ ਮਰਜ਼ੀ ਡਿਗਰੀ ਤੱਕ ਹੋਵੇ ਇੱਥੇ ਉਸ ਦਾ ਨਾਮ ਤੁਸੀਂ ਲਿਖ ਦੋਗੇ ਉਸ ਤੋਂ ਬਾਅਦ ਉਸ ਦੀ ਐਡਮਿਸ਼ਨ ਡੇਟ ਇਹ ਤੁਹਾਨੂੰ ਸਕੂਲ ਤੋਂ ਪਤਾ ਲੱਗੇਗਾ ਮੋਬਾਈਲ ਨੰਬਰ ਲਿਖ ਦੋਗੇ ਨੇਮ ਆਫ ਇੰਸਟੀਟਿਊਟ ਇੰਸਟੀਟਿਊਟ ਦਾ ਨਾਮ ਤੁਸੀਂ ਇੱਥੇ ਲਿਖ ਲੋਗੇ ਐਡਰੈਸ ਇੰਸਟੀਟਿਊਟ ਦਾ ਜਿਹੜੇ ਤੁਹਾਡੇ ਤਹਿਸੀਲ ਡਿਸਟ੍ਰਿਕਟ ਜਾਂ ਫਿਰ ਵਿਲੇਜ ਦੇ ਵਿੱਚ ਸਕੂਲ ਹੈ ਉਸ ਦਾ ਐਡਰੈਸ ਵੀ ਤੁਸੀਂ ਲਿਖ ਦੋਗੇ ਪ੍ਰੀਵਿਊ ਕਲਾਸ ਸੈਮੈਸਟਰ ਪਾਸ ਇਹ ਤੇ ਤੁਸੀਂ ਜਿਹੜੀ ਪ੍ਰੀਵਿਊ ਕਲਾਸ ਪਾਸ ਕਰਕੇ ਆਏ ਹੋ ਜਿੱਦਾਂ ਤੁਸੀਂ ਹੁਣ 10ਵੀਂ ਦਾ ਅਪਲਾਈ ਕਰ ਰਹੇ ਹੋ ਤਾਂ ਇੱਥੇ ਤੁਸੀਂ 9ਵੀਂ ਦਾ ਇੱਥੇ ਲਿਖ ਦੋਗੇ ਜੇਕਰ ਤੁਸੀਂ ਪਲੱਸ 2 ਦੇ ਵਿੱਚ ਜਾ ਰਹੇ ਹੋ ਤੇ ਇੱਥੇ ਤੁਹਾਡਾ 11ਵੀਂ ਦਾ ਡਾਟਾ ਆ ਜਾਏਗਾ ਯਾਨੀ ਕਿ ਪਹਿਲਾਂ ਕੀਤੀ ਹੋਈ ਕਲਾਸ ਪ੍ਰੀਵਿਊ ਕਲਾਸ ਵਿੱਚ ਆਏਗਾ ਉਸ ਤੋਂ ਬਾਅਦ ਆ ਰਿਹਾ ਹੈ ਕਲਾਸ ਫੋਰ ਵਿਚ ਦਾ ਸਕਾਲਰਸ਼ਿਪ ਯਾਨੀ ਕਿ ਤੁਸੀਂ ਹੁਣ ਕਿਹੜੀ ਕਲਾਸ ਦੇ ਵਿੱਚ ਹੋ ਹੁਣ ਤੁਸੀਂ ਕਲਾਸ ਦੇ ਵਿੱਚ ਹੋ 12ਵੀਂ ਉੱਪਰ ਆ ਜਾਏਗਾ ਤੁਹਾਡਾ 11ਵੀਂ ਇਹਦਾ ਤੁਸੀਂ ਲਿਖ ਲੋਗੇ ਉਸ ਤੋਂ ਬਾਅਦ ਆ ਰਿਹਾ ਸੀਜ਼ਨ ਸੀਜ਼ਨ ਤੁਹਾਡਾ ਆ ਜਾਏਗਾ 2024-25 ਸੀਜ਼ਨ ਤੁਹਾਡਾ 2024-25 ਆ ਜਾਏਗਾ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਬੈਂਕ ਨੇਮ ਇਹ ਤੁਹਾਡੇ ਫਾਦਰ ਦਾ ਨਾਮ ਜਿਹਦੇ ਨਾਮ ਤੇ ਕਾਪੀ ਬਣੀ ਹੋਈ ਹੈ ਲੇਬਰ ਕਾਰਡ ਉਸ ਦਾ ਤੁਸੀਂ ਇੱਥੇ ਕਾਪੀ ਡਿਟੇਲ ਦਿਓਗੇ ਬੈਂਕ ਦੀ ਨੇਮ ਬੈਂਕ ਦਾ ਜੋ ਵੀ ਰਹੇਗਾ ਉਹ ਲਿਖ ਲੋਗੇ ਬ੍ਰਾਂਚ ਨੇਮ ਉਸ ਤੋਂ ਬਾਅਦ ਅਕਾਊਂਟ ਨੰਬਰ ਆਈ ਐਫ ਐਸ ਆਈ ਕੋਡ ਇਹਨਾਂ ਕੰਮ ਕਰਨ ਤੋਂ ਬਾਅਦ ਨੀਚੇ ਆ ਜਾਓਗੇ ਇੱਥੇ ਆ ਰਿਹਾ ਹੈ period of stay form ਇਹ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ ਤਾਂ ਇਹ ਵੀ ਲਿਖਣ ਦੀ ਲੋੜ ਨਹੀਂ ਹੈ ਟੋਟਲ ਫੀਸ ਇਹ ਵੀ ਲੋੜ ਨਹੀਂ ਜੇਕਰ ਹਸਪਤਲ ਵਿੱਚ ਰਹਿੰਦੇ ਹੋ ਤਾਂ ਉਹ ਤੁਸੀਂ ਲਿਖ ਲੋਗੇ ਟੋਟਲ ਫੀਸ ਵੀ ਲਿਖ ਲੋਗੇ ਜੀ ਲਿਖਣਾ ਚਾਹੋ ਤਾਂ ਵੈਸੇ ਇੰਨਾ ਜ਼ਰੂਰੀ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜੇ ਤੁਸੀਂ ਡਾਕੂਮੈਂਟ ਨਾਲ ਦੇਣੇ ਹਨ ਉਹ ਤੁਸੀਂ ਦੇਖ ਲਓ ਅਟੈਚ ਸੈਕੰਡ ਕਾਪੀ ਆਫ ਪਾਸਿੰਗ ইয়ার ਸਰਟੀਫਿਕੇਟ ਯਾਨੀ ਕਿ ਜਿਹੜੇ ਤੁਸੀਂ ਪਾਸ ਕੀਤਾ ਹੈ ਉਹ ਸਕੈਨ ਪ੍ਰੂਫ ਆਫ ਸਟੇ ਇਨ ਹੌਸਟਲ ਜੇਕਰ ਤੁਸੀਂ ਹੌਸਟਲ ਦੇ ਵਿੱਚ ਰਹਿੰਦੇ ਹੋ ਤਾਂ ਕੋਈ ਪ੍ਰੂਫ ਹੋਣਾ ਚਾਹੀਦਾ ਹੈ ਸਰਟੀਫਿਕੇਟ ਇਸ਼ੂ ਇਨਸਟੀਟਿਊਟ ਰਿਗਾਰਡਿੰਗ ਯੂਅਰ ਐਡਮਿਸ਼ਨ ਯਾਨੀ ਕਿ ਐਡਮਿਸ਼ਨ ਦੇ ਵਿੱਚ ਜਿਸ ਤੁਸੀਂ ਪੜ ਰਹੇ ਹੋ ਉਸ ਦਾ ਕੋਈ ਪ੍ਰੂਫ ਤੇ ਇੱਕ ਆਧਾਰ ਕਾਰਡ ਇਹਨਾਂ ਸਾਰਿਆਂ ਤੇ ਤੁਸੀਂ ਟਿਕ ਕਰ ਦੋਗੇ ਉਸ ਤੋਂ ਬਾਅਦ ਥੱਲੇ ਆ ਰਿਹਾ ਤੁਸੀਂ ਦੇਖ ਰਹੋ ਇੱਥੇ ਬੱਚੇ ਕਨਫਿਊਜ਼ ਨਾ ਹੋਣ ਜਿਹੜਾ ਤੁਸੀਂ ਆ ਦੇਖ ਰਹੇ ਹੋ ਵਿਦਿਅਕ ਸੰਸਥਾ ਪਾਸੋ ਪਿਛਲੀ ਕਲਾਸ ਦਾ ਪਾਸ ਸਰਟੀਫਿਕੇਟ ਯਾਨੀ ਕਿ ਜਿਹੜੀ ਤੁਸੀਂ ਪਾਸ ਕੀਤੀ ਹੋਈ ਹੈ ਜਿਹੜੀ ਕਲਾਸ ਉਸ ਦਾ ਡਾਟਾ ਤੁਸੀਂ ਇਹ ਫਿਲ ਕਰਨਾ ਹੈ ਇਹਨਾਂ ਤੱਕ ਆ ਜਿੰਨਾ ਤੱਕ ਲੀਕ ਤੁਹਾਨੂੰ ਦਿਖ ਰਹੀ ਹੈ ਇਸ ਤੋਂ ਉੱਪਰ ਉੱਪਰ ਤੁਸੀਂ ਫਿਲ ਕਰੋਗੇ ਤੇ ਜਿਹੜੀ ਤੁਸੀਂ ਹੁਣ ਕਲਾਸ ਦੇ ਵਿੱਚ ਹੋ ਮੌਜੂਦਾ ਕਲਾਸ ਦਾ ਡਾਟਾ ਤੁਸੀਂ ਇੱਥੇ ਉਹ ਫਿਲ ਕਰਨਾ ਹੈ ਇਹ ਕੌਣ ਫਿਲ ਕਰਨਗੇ ਤੁਹਾਡੇ ਇੰਸਟੀਚਿਊਟ ਵਾਲੇ ਇੱਥੇ ਸਿਰਫ ਤੁਸੀਂ ਫੋਟੋ ਲਗਾ ਕੇ ਲਜਾਣੀ ਹੈ ਬੱਚੇ ਦੀ ਬਾਕੀ ਸਾਰਾ ਇਹ ਜਿਹੜਾ ਤੁਸੀਂ ਫਾਰਮ ਦੇਖ ਰਹੇ ਹੋ ਇੰਸਟੀਚਿਊਟ ਵਾਲੇ ਜਿੱਦਾਂ ਹੁਣ ਤੁਸੀਂ ਕਨਫਿਊਜ਼ ਨਾ ਹੋਇਓ ਜੇ ਕਿ ਤੁਸੀਂ ਬੀਏ ਦੇ ਵਿੱਚ ਸਕਾਲਰਸ਼ਿਪ ਫਰਸਟ ইয়ার ਦੇ ਵਿੱਚ ਅਪਲਾਈ ਕਰ ਰਹੇ ਹੋ ਇੱਥੇ ਤੁਹਾਡਾ ਥੱਲੇ ਦੇ ਜਿਹੜੇ ਖਾਨੇ ਦੇ ਵਿੱਚ ਬੀਏ ਦਾ ਆਜੇਗਾ ਉੱਪਰ ਤੁਹਾਡਾ ਪਲੱਸ 2 ਦਾ ਡਾਟਾ ਆਜੇਗਾ ਪਲੱਸ 2 ਵਾਲੇ ਸਕੂਲ ਤੁਸੀਂ ਜਾਣਾ ਹੈ ਉੱਪਰ ਦਾ ਡਾਟਾ ਫਿਲ ਕਰਾਉਣ ਵਾਸਤੇ ਜੇਕਰ ਤੁਸੀਂ ਹੁਣ 11ਵੀਂ ਦੇ ਵਿੱਚ ਹੋਏ ਹੋ ਥਲੜਾ ਤੁਸੀਂ 11ਵੀਂ ਦਾ ਡਾਟਾ ਦੋਗੇ ਤੇ ਉੱਪਰ ਵਾਲਾ 10ਵੀਂ ਦਾ ਡਾਟਾ ਦੋਗੇ ਤੇ ਤੁਹਾਨੂੰ 10ਵੀਂ ਵਾਲੇ ਸਕੂਲ ਦੇ ਵਿੱਚ ਜਾਣਾ ਪੈਣਾ ਹੈ ਇਹ ਤੁਹਾਨੂੰ ਇੱਥੇ ਸੰਸਥਾ ਦੇ ਮੁਖੀ ਦੀ ਮੋਰ ਵੀ ਲੱਗੇਗੀ ਤੇ ਸਕਨੇਚਰ ਵੀ ਹੋਣਗੇ ਇੱਥੇ ਵੀ ਤੁਸੀਂ ਆਪਣਾ ਫੋਟੋ ਲਗਾ ਲੋਗੇ ਇਹ ਤੁਸੀਂ ਆਪ ਫਿਲ ਨਹੀਂ ਕਰਨਾ ਇਹ ਤੁਹਾਡੇ ਇੰਸਟੀਚਿਊਟ ਵਾਲੇ ਫਿਲ ਕਰਨਗੇ ਇਹਨਾਂ ਕੰਮ ਕਰਨ ਤੋਂ ਬਾਅਦ ਅੱਗੇ ਆ ਰਿਹਾ ਹੈ ਸਵੈ ਘੋਸ਼ਣਾ ਸਵੈ ਘੋਸ਼ਣਾ ਫਾਦਰ ਦੇ ਵੱਲੋਂ ਲੱਗੇਗਾ ਇੱਥੇ ਪਿਤਾ ਦਾ ਨਾਮ ਉਸਤੇ ਪਿਤਾ ਦਾ ਨਾਮ ਵਾਸੀ ਜਰਨੀ ਕਿ ਤੁਹਾਡਾ ਐਡਰੈਸ ਤਹਿਸੀਲ ਜ਼ਿਲ੍ਹਾ ਜੋ ਵੀ ਰਹੇਗਾ ਉਹ ਤੁਸੀਂ ਲਿਖ ਲੋਗੇ ਉਸ ਤੋਂ ਬਾਅਦ ਦੋਸਤੋ ਥੱਲੇ ਆ ਰਿਹਾ ਹੈ ਤੁਸੀਂ ਦੇਖੋਗੇ ਮੇਰਾ ਰਜਿਸਟ੍ਰੇਸ਼ਨ ਨੰਬਰ ਜੋ ਵੀ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਹੈ ਉਹ ਤੁਸੀਂ ਇੱਥੇ ਫਿਲ ਕਰ ਦੋਗੇ ਉਸ ਤੋਂ ਬਾਅਦ ਥੱਲੇ ਤੁਸੀਂ ਦੇਖੋਗੇ ਇਹ ਕੀ ਮੈਂ ਆਪਣੇ ਬੱਚੇ ਜੋ ਵੀ ਤੁਹਾਡਾ ਬੱਚਾ ਹੈ ਜਿਸ ਦੇ ਨਾਮ ਤੇ ਤੁਸੀਂ ਸਕਾਲਰਸ਼ਿਪ ਅਪਲਾਈ ਕਰ ਰਹੇ ਹੋ ਉਸ ਦਾ ਨਾਮ ਆ ਜਾਏਗਾ ਉਸ ਦੀ ਕਲਾਸ ਆ ਜਾਏਗੀ ਅਤੇ ਸੈਸ਼ਨ ਆ ਜਾਏਗਾ ਕਿ ਇਸ ਸੈਸ਼ਨ ਦੇ ਵਿੱਚ ਵਿਜੀਪਾ ਅਪਲਾਈ ਕਰ ਰਿਹਾ ਹੈ ਯਾਨੀ ਕਿ 2024-25 ਦੇ ਸੈਸ਼ਨ ਵਿੱਚ ਆ ਦੇਖੋ ਲਾਪਾਤਰੀ ਦੇ ਸਤਖਰ ਪਿਤਾ ਦੇ ਸਤਖਰ ਜਿਸ ਦੇ ਨਾਮ ਤੇ ਕਾਪੀ ਬਣੀ ਹੋਈ ਹੈ ਉੱਤੇ ਸਤਖਰ ਆ ਜਾਣਗੇ ਇੱਕ ਇੱਥੇ ਫੋਟੋ ਲਗਾਉਣਾ ਹੈ ਇਸ ਫੋਟੋ ਦੇ ਉੱਪਰ ਸਰਪੰਚ ਦੀ ਮੋਰ ਸਾਈਨ ਆ ਜਾਏਗੀ ਜਿਹੜਾ ਤੁਸੀਂ ਇੱਥੇ ਫਸਟ ਪੇਜ ਦੇਖ ਰਹੇ ਹੋ ਜਿਹੜਾ ਆ ਪੇਜ ਦੇਖ ਰਹੇ ਹੋ ਇਸ ਤੇ ਵੀ ਉੱਪਰ ਆਏਗੀ ਇੱਥੇ ਤੁਸੀਂ ਦੇਖ ਰਹੇ ਹੋ ਉੱਪਰ ਆਏਗੀ ਫਾਦਰ ਦੀ ਫੋਟੋ ਥੱਲੇ ਆਏਗੀ ਬੱਚੇ ਦੀ ਫੋਟੋ ਜਿਸ ਦੇ ਨਾਮ ਤੇ ਆਪਾਂ ਅਪਲਾਈ ਕਰ ਰਹੇ ਹਾਂ ਸਕਾਲਰਸ਼ਿਪ ਇਸ ਫੋਟੋ ਦੇ ਉੱਪਰ ਦੋਨਾਂ ਤੇ ਹੀ ਸਰਪੰਚ ਦੇ ਮੋਹਰ ਸਨ ਜੇਕਰ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਇੱਥੇ ਜਿਹੜੇ ਮਿਊਨਿਸਪਲ ਕਮੇਟੀ ਦੇ ਮੈਂਬਰ ਹੁੰਦੇ ਹਨ ਉਹਨਾਂ ਦੇ ਸਿਗਨੇਚਰ ਤੇ ਸਟੈਂਪ ਲੱਗ ਜਾਏਗੀ ਇਸ ਤੋਂ ਬਾਅਦ ਮੇਨ ਤੁਹਾਡਾ ਇੰਪੋਰਟਡ ਆ ਗਿਆ ਜਿਹੜਾ ਕਿ 27 ਨੰਬਰ ਫਾਰਮ ਜਿਸ ਦੇ ਕਾਰਨ ਦੋਸਤੋ ਤੁਹਾਡੀਆਂ ਸਕਾਲਰਸ਼ਿਪ ਰੁਕਦੀਆਂ ਹਨ ਇਹ ਹੈ ਤੁਹਾਡਾ ਨਵਾਂ ਸਕਾਲਰਸ਼ਿਪ ਦਾ 27 ਨੰਬਰ ਫਾਰਮ 2024-25 ਦਾ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਕੀ ਜਿਹਦੇ ਨਾਮ ਤੇ ਲੇਬਰ ਕਾਰਡ ਬਣਿਆ ਹੋਇਆ ਉਸ ਦਾ ਨਾਮ ਪਿਤਾ ਦਾ ਨਾਮ ਹਾਊਸ ਜੋ ਵੀ ਤੁਹਾਡਾ ਐਡਰੈਸ ਰਹੇਗਾ ਪੋਸਟ ਆਫਸ ਕੀ ਹੈ ਸਿਟੀ ਕੀ ਹੈ ਡਿਸਟ੍ਰਿਕਟ ਕੀ ਹੈ ਤੇ ਆਧਾਰ ਕਾਟ ਨੰਬਰ ਤੁਸੀਂ ਲਿਖ ਲੋਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰੋਗੇ ਜਿਹੜਾ ਤੁਸੀਂ ਆ ਦੇਖ ਰਹੇ ਹੋ ਫਾਰਮ ਜਿਹੜਾ ਆ ਤੁਸੀਂ ਫਾਰਮ ਦੇਖ ਰਹੇ ਹੋ ਅਤੇ ਤੁਹਾਨੂੰ 93 ਡੇਸ ਦੀ ਹਾਜ਼ਰੀ ਭਰਨੀ ਪਵੇਗੀ ਇਹ ਹਾਜ਼ਰੀ ਬਣੀ ਬਣਾਈ ਨਵੀ ਤੁਹਾਨੂੰ ਮਿਲ ਜਾਵੇਗੀ ਤੁਸੀਂ ਕੀ ਕਰੋਗੇ ਟੈਲੀਗ੍ਰam ਗਰੁੱਪ ਦੇ ਵਿੱਚ ਜਾਓਗੇ ਤੁਹਾਨੂੰ ਇਹ ਫਿਲ ਕੀਤਾ ਹੋਇਆ ਫਾਰਮ ਮਿਲ ਜਾਏਗਾ ਇੱਥੇ ਦੋਸਤੋ ਜਿਵੇਂ ਤੁਸੀਂ ਇਹ ਸਟੈਂਪ ਦੇਖ ਰਹੇ ਹੋ ਇਦਾਂ ਹੀ ਸਟੈਂਪ ਤੁਹਾਨੂੰ ਲਗਵਾਣੀ ਪੈਣੀ ਹੈ ਤੁਸੀਂ ਦੇਖ ਪਾਰੇ ਹੋਗੇ ਜਿਹੜਾ ਤੁਹਾਡਾ ਇੱਥੇ ਰਹੇਗਾ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਰਿਮਾਰਕ ਇੱਥੇ ਤੁਸੀਂ ਕੁਝ ਨਹੀਂ ਕਰਨਾ ਅਥਾਰਟੀ ਦੇ ਤੁਹਾਡੇ ਸਾਈਨ ਹੋਗੇ ਤੇ ਤੁਹਾਡਾ ਮੋਬਾਈਲ ਨੰਬਰ ਆ ਜਾਏਗਾ ਜਿਹੜਾ ਤੁਸੀਂ ਆ ਦੇਖ ਰਹੇ ਹੋ ਸਿਗਨੇਚਰ ਏਮਪਲੋਏ ਕੰਟਰੈਕਟਰ ਜਿਹਦੇ ਕੋਲ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਦੇ ਤਿੰਨ ਜਣਿਆਂ ਦੇ ਇਥੇ ਸਿਗਨੇਚਰ ਆ ਜਾਣਗੇ ਚਾਹੇ ਤੁਸੀਂ ਜਿਸ ਦੇ ਕੋਲ ਵੀ ਕੰਮ ਕੀਤਾ ਹੈ ਤਾਂ ਇਹ ਦੋਸਤੋ ਜਿਹੜਾ ਇਹ ਫਾਰਮ ਹੋਏਗਾ ਇਹਨਾਂ ਇਹ ਤੁਹਾਨੂੰ ਫਿਲ ਕੀਤਾ ਹੋਇਆ ਹੁਣੇ ਹੀ ਤੁਹਾਨੂੰ ਮਿਲ ਜਾਏਗਾ ਜਦੋਂ ਤੁਸੀਂ ਵੀਡੀਓ ਵਾਚ ਕਰਕੇ ਜਾਓਗੇ نیچے ਤੁਸੀਂ ਆਪਣਾ ਟੈਲੀਗ੍ਰam ਗਰੁੱਪ ਦੇ ਵਿੱਚ ਜਾਓਗੇ ਤੁਹਾਨੂੰ ਪੀਡੀਐਫ ਵੀ ਮਿਲ ਜਾਏਗਾ ਤੇ ਤੁਹਾਨੂੰ ਇਹ ਭਰਿਆ-ਭਰਿਆ ਫਾਰਮ ਵੀ ਮਿਲ ਜਾਏਗਾ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਇੱਕ ਲਾਈਕ ਜ਼ਰੂਰ ਕਰਕੇ ਜਾਣਾ ਜੇਕਰ ਫਾਰਮ ਅਪਲਾਈ ਕਰਨ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਜੇਕਰ ਦੋਸਤੋ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਸ ਸਾਥੀਓ